ਲੈ ਵੀ ਅੱਜ ਮੈਂ ਕਿਸੇ ਨਸ਼ਈ ਬੰਦੇ ਦਾ ਇੰਟਰਵਿਊ ਕਰਨਾ ਹੈ ਤੇ ਵੇਖਣਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਕੀ ਮਾਮਲਾਤ ਨੇ ਉਹ ਕਿਉਂ ਇੱਧਰ ਆਉਂਦੇ ਨੇ। ਅੱਜ ਮੈਂ ਇਸ ਚੱਕਰ 'ਚ ਕੋਈ ਨਸ਼ਈ ਲੱਭਣਾ ਫਿਰਨਾ, ਮੈਂ ਵੇਖਣਾ ਫਿਰਨਾ ਮੈਨੂੰ ਕਿਤੋਂ ਕਿਤੇ ਨਸ਼ਈ ਮਿਲ ਜਾਵੇ ਸੇ। ਲੈ ਵੀ ਉਹ ਲੱਗਦਾ ਮੈਨੂੰ ਨਸ਼ਈ ਬੈਠਾ ਹੈ। ਚੱਲ ਫਿਰ ਅੱਜ ਇਹਦਾ ਇੰਟਰਵਿਊ ਕਰਨੇ ਆ, ਪੁੱਛਣੇ ਆ ਕਿ ਉਹ ਕਿਉਂ ਇੱਧਰ ਆਏ ਨੇ ਤੇ ਉਹਨਾਂ ਦੀ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ। ਹੁਣ ਮੈਂ ਨਸ਼ਈ ਵਾਲੇ ਜਾ ਰਿਹਾ ਜੀ, ਉਹ ਨਸ਼ਈ ਬੈਠਾ ਹੈ ਸਾਹਮਣੇ, ਅੱਜ ਮੈਂ ਇਹਦਾ ਇੰਟਰਵਿਊ ਕਰਨਾ ਤੇ ਤੁਸੀਂ ਸੁਣਿਆ ਜੀ ਤੇ ਇਨਸ਼ਾਅੱਲਾ ਮਜ਼ਾ ਨਾ ਆਏ ਤੇ ਫਿਰ ਲੈ ਬੇ ਲੱਭ ਗਏ ਨਸ਼ਈ ਹੈਗਾ ਵੀ ਨਸ਼ਈ ਗੇ ਤੇ ਸੁਣੋ ਫਿਰ ਹੁਣ ਗੁਫ਼ਤਗੂ ਇਹਦੇ ਨਾਲ। ਆਓ ਜ਼ਰਾ ਤੁਹਾਡੀ ਗੁਫ਼ਤਗੂ ਸੁਣਾਈਏ ਜ਼ਰਾ ਇਹਨਾਂ ਨੇ। ਲੈ ਵੀ ਆਹ ਬੰਦਾ ਨਸ਼ਈ ਮੈਨੂੰ ਮਿਲ ਗਿਆ ਅੱਜ ਤੇ ਅੱਜ ਤੁਹਾਨੂੰ ਵਹਾਣੇ ਆ ਕਿ ਇਹ ਕੀ ਚਾਹੁੰਦੇ ਨੇ, ਇਹ ਕਿਉਂ ਇੱਧਰ ਆਏ ਨੇ। ਜ਼ਰਾ ਆਓ ਹਾਂ ਜ਼ਰਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਏ? ਠੀਕ ਆ। ਠੀਕ ਏ ਯਾਰ, ਮੈਨੂੰ ਇੱਕ ਗੱਲ ਤਾਂ ਦੱਸ, ਇਹ ਜਿਹੜਾ ਤੁਸੀਂ ਨਸ਼ਾ ਕਰਦੇ ਪੈ ਗਏ, ਇਹ ਤੋਂ ਲੱਗਦਾ ਨਹੀਂ ਤਾਂ ਯਾਰ ਬੁਰੀ ਆਦਤ ਹੈ, ਨਹੀਂ ਕਰਨਾ ਚਾਹੀਦਾ। ਹਾਂ ਬਹੁਤ ਬੁਰੀ ਆਦਤ ਹੈ ਯਾਰ, ਮੈਂ ਕਹਿੰਦਾ ਬਹੁਤ ਹੀ ਜ਼ਿਆਦਾ ਬੁਰੀ ਆਦਤ ਹੈ। ਮੈਂ ਕਹਿੰਦਾ ਕਿ ਲਾਹਨਤ ਹੋਣੀ ਚਾਹੀਦੀ ਹੈ ਨਸ਼ਾ ਵੇਚਣ ਵਾਲਿਆਂ ਤੇ। ਅੱਛਾ, ਤੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਯਾਰ ਉਹਨਾਂ ਦੀਆਂ 100 ਮਜਬੂਰੀਆਂ ਹੋ ਸਕਦੀਆਂ, ਤਾਂ ਇਸ ਪਾਸੇ ਆ ਜਾਂਦੇ। ਅੱਛਾ, ਐਸੀ ਕੀ ਮਜਬੂਰੀ ਵੈਸੇ ਜਿਹੜੀ ਤੁਹਾਨੂੰ ਮਜਬੂਰ ਕਰ ਦਿੰਦੀ ਨਸ਼ਾ ਕਰਨ ਤੇ? ਬਸ ਮਜ਼ਾ ਆਉਂਦਾ ਹੈ, ਇਹ ਮਜਬੂਰੀ। ਮਜ਼ਾ ਯਾਰ, ਮਜ਼ਾ ਤਾਂ ਹੋਰ ਵੀ ਬੜੇ ਕੰਮਾਂ 'ਚ ਹੈਗਾ ਹੈ। ਨਹੀਂ ਜੋ ਇਹਦੇ 'ਚ ਆਉਂਦਾ ਨਾ ਉਹ ਕਿਸੇ 'ਚ ਨਹੀਂ ਆਉਂਦਾ। ਅੱਛਾ, ਇਹ ਤੁਹਾਨੂੰ ਸਿਗਰਟ ਪੀ ਕੇ ਤੁਹਾਨੂੰ ਫੀਲ ਕੀ ਹੁੰਦਾ ਵੈਸੇ, ਕਿਵੇਂ ਤੁਸੀਂ ਮਹਿਸੂਸ ਕਰਦੇ ਜੀ? ਇੰਜ ਬੱਦਲਾਂ 'ਚ ਉੱਡ ਰਹੇ ਹਾਂ, ਜਾ ਹੀ ਰਹੇ ਹਾਂ ਸਿੱਧੀ ਸਾਹਮਣੇ, ਮੈਨੂੰ ਫਰਿਸ਼ਤੇ ਨਜ਼ਰ ਆਉਂਦੇ ਪਏ ਨੇ, ਇੰਜ ਉਹ ਗਏ। ਅੱਛਾ ਹਾਂ, ਫੁੱਲ ਮਰ। ਵਾਹ, ਲੋਕਾਂ ਨੂੰ ਮਰਨ ਤੋਂ ਬਾਅਦ ਨਜ਼ਰ ਆਉਂਦੇ ਆ, ਤੈਨੂੰ ਪਹਿਲੇ ਕਿਵੇਂ ਨਜ਼ਰ ਆ ਜਾਂਦੇ ਯਾਰ? ਲਾ ਘੁੱਟ, ਤੈਨੂੰ ਵੀ ਦਿਸਣ ਦੇ। ਵੇਖ ਲਈ ਯਾਰ, ਕਿਤੇ ਹੋਰ ਹੀ ਨਾ ਪੰਗਾ ਪੈ ਗਈ। ਤੂੰ ਘੁੱਟ ਲਾ ਵੇਖੀ ਨਜ਼ਰ ਆਉਂਦੇ। ਨਹੀਂ ਯਾਰ, ਐਵੇਂ ਰਹਿਣ ਦੇ, ਕਿਉਂ ਲਾਉਣੀ ਮੈਨੂੰ, ਚੰਗੀ ਭਲੀ ਜ਼ਿੰਦਗੀ ਮੇਰੀ ਨਾ ਗੁਆ। ਮੈਂ ਸਾਨੂੰ ਦੇਖਦੇ ਪਏ ਨੇ ਉਹ ਵੇਖਣ ਦੇ, ਚੱਲ ਨਿਕਲੇ। ਓਹੋ, ਕੀ ਹੋਇਆ ਯਾਰ, ਕੀ ਹੋਇਆ? ਮੇਰੀ ਮੁਲਾਕਾਤ ਦਾ ਟਾਈਮ ਹੈ। ਕਿਹਦੇ ਨਾਲ ਮੁਲਾਕਾਤ ਹੈ ਤੇਰੀ ਅੱਜ? ਫਰਿਸ਼ਤਿਆਂ ਨਾਲ। ਅੱਛਾ, ਡਾਇਰੈਕਟ ਰਾਸਤੇ ਤੇ। ਉਹਨਾਂ ਨੂੰ ਕੀ ਕਹਿਣਾ ਹੈ? ਯਾਰ ਦੋਸਤ ਨੇ ਗੱਲਾਂ ਬਾਤਾਂ ਕਰੀ ਦੀਆਂ ਹੈ ਜੀ। ਮੈਨੂੰ ਵੀ ਦੱਸ ਕੀ ਗੱਲਬਾਤ ਕਰਦੇ ਗਏ? ਇਕੱਠੇ ਬਹਿ ਕੇ ਸਿਗਰਟ ਪੀਂਦਾ ਹੁੰਦੇ। ਫਰਿਸ਼ਤੇ ਵੀ ਸਿਗਰਟ ਪੀਂਦੇ ਨੇ? ਹਾਂ ਇਕੱਠੇ ਪੀਂਦੇ ਆ ਬੇਲੀ ਆਪਸ, ਰਾਤ ਤੇ ਜੋਏ। ਅੱਛਾ ਮੈਨੂੰ ਦੱਸ ਸਹੀ, ਫਰਿਸ਼ਤਾ ਕਿਵੇਂ ਰਿਹਾ, ਕੀ ਦੇਖ, ਕਿਵੇਂ ਆ ਦੇਖਦਾ ਤੈਨੂੰ? ਕੋਟ ਲਾ ਨਜ਼ਰ ਆ ਗਿਆ ਯਾਰ, ਤੂੰ ਮੈਨੂੰ ਬਾਰ ਬਾਰ ਕਹਿ ਰਿਹਾ ਕੋਟ ਲਾ, ਮੈਂ ਵੇਖਣਾ ਲੋਕਾਂ ਨੂੰ ਵਹਾਣਾ ਪਿਆ ਵੀ ਨਸ਼ਾ ਬੁਰੀ ਆਦਤ, ਤੂੰ ਮੈਨੂੰ ਕਹਿਣ ਡਿਆ ਕੋਟ ਲਾ। ਯਾਰ ਕਿਹੜੇ ਲੋਕ ਆ ਯਾਰ, ਵੇਖ ਇੰਟਰਵਿਊ ਰਿਕਾਰਡ ਪਿਆ ਹੁੰਦਾ ਤੇਰਾ। ਉਹ ਵੀ ਪਾਗਲ, ਤੂੰ ਵੀ ਪਾਗਲ, ਮੈਂ ਨਾ ਮੇਰੀ ਮੁਲਾਕਾਤ ਦਾ ਟਾਈਮ, ਤੰਗ ਨਾ ਕਰ। ਨਾ ਯਾਰ, ਬੁਰੀ ਚੀਜ਼ ਹੈ, ਤੰਗ ਨਾ ਕਰ। ਚੱਲ ਤੂੰ ਤੰਗ ਨਹੀਂ ਕਰਦਾ, ਦੱਸ ਸਹੀ, ਫਰਿਸ਼ਤੇ ਨਾਲ ਕੀ ਗੱਲ ਕੀਤੀ, ਕਦੀ ਕੋਈ ਕੀਤੀ, ਕੀ ਹੋਈ, ਮੈਨੂੰ ਥੋੜੀ ਬਹੁਤੀ ਦੱਸ ਤਾਂ ਸਹੀ। ਤੂੰ ਮੇਰੇ ਨਾਲ ਗੱਲ ਕਰਨਾ ਪੈ? ਆਹੋ, ਐਵੇਂ ਮੇਰੇ ਬੇਲੀ ਨੇ, ਮੈਂ ਉਹਨਾਂ ਨਾਲ ਗੱਲਾਂ ਕਰ। ਕੀ ਗੱਲ ਕਰੇਗਾ, ਮੈਂ ਮੈਨੂੰ ਦੱਸ ਤਾਂ ਸਹੀ। ਸਾਡੇ ਆਪਸ ਦੇ ਮਾਮਲੇ ਨੇ, ਦੱਸਣਾ ਨਹੀਂ ਕਿਸੇ ਨੂੰ। ਚੱਲ ਅੱਜ ਮੈਨੂੰ ਇੱਕ ਦੱਸ ਦੇ ਯਾਰ, ਵੇ ਮੈਂ ਐਡੀ ਦੂਰੋਂ ਤੈਨੂੰ ਲੱਭ ਲੁਭ ਕੇ ਆਇਆ, ਮੈਂ ਆਖਿਆ ਬੇਲੀ ਨੇ ਰਾਜ਼ ਨਹੀਂ ਖੋਲੀ ਦੇ। ਲੈ ਵੀ ਇੰਟਰਵਿਊ ਤੁਸੀਂ ਸੁਣ ਲਿਆ ਤੇ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹਦੇ ਨਾਲ ਤੁਸੀਂ ਸੁਣ ਵੀ ਲਈਆਂ ਨੇ, ਤੇ ਜੋ ਇਹ ਗੱਲਾਂ ਕਰਦੇ ਨੇ ਨਾ, ਇਹ ਆਪਣੀ ਪਹੁੰਚ ਤੋਂ ਦੂਰ ਨੇ, ਇਹ ਆਪਣੀ ਦੁਨੀਆ ਤੋਂ ਬਾਹਰ ਦੀਆਂ ਨੇ, ਹੈ ਤੇ ਇਸੇ ਵਾਸਤੇ ਇਹਨਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਮੇਰੇ ਖਿਆਲ 'ਚ ਮੈਂ ਥੋੜ੍ਹੀ ਦੇਰ ਇਹਦੇ ਕੋਲ ਹੋਰ ਬੈਠਾ ਰਹਿੰਦਾ ਤੇ ਇਹਨੇ ਮੈਨੂੰ ਜ਼ਰੂਰ ਲਾ ਦੇਣਾ ਸੀ ਨਸ਼ੇ ਤੇ, ਤੇ ਤੁਹਾਡੇ ਅੱਗੇ ਵੀ ਰਿਕੁਐਸਟ ਹੈ ਕਿ ਇਹਨਾਂ ਤੋਂ ਤੇਰਾ ਬਚਿਆ ਕਰੋ ਯਾਰ, ਨਾ ਵਿਆਹ ਕਰੋ ਇਹਨਾਂ ਕੋਲ, ਇਹ ਬੰਦੇ ਨੂੰ ਮਜਬੂਰ ਕਰ ਦਿੰਦੇ ਨੇ ਵੇਖ ਇਹਦੀ ਹਰਕਤਾਂ, ਚੈੱਕ ਕਰ, ਇਹਨਾਂ ਨੂੰ ਆਪਾਂ ਨਹੀਂ ਛਡਾ ਸਕਦੇ, ਤੇ ਇਸੇ ਵਾਸਤੇ ਆਪਦੀ ਫਾਦਰ ਕਰੋ ਤੁਸੀਂ ਬਸ।